ਹਰਪ੍ਰੀਤ ਸਿੰਘ ਐਸਡੀਐਮ ਬਸੀ ਪਠਾਣਾ ਤੁਹਾਡੇ ਰੂਬਰੂ ਹੋ ਰਿਹਾ ਮੈਂ ਆਪ ਸਭ ਨੂੰ ਦੱਸ ਦੇਣਾ ਚਾਹੁੰਦਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੂਰੇ ਸੂਬੇ ਅਤੇ ਦੇਸ਼ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਸੂਬੇ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਥਿਤੀ ਹੋਰਾਂ ਨਾਲੋਂ ਬਿਹਤਰ ਹੈ ਇਸ ਸਭ ਦੇ ਮੱਦੇਨਜ਼ਰ ਮੈਂ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਦੱਸਣਾ ਚਾਹੁੰਦਾ ਕਿ ਕਈ ਰਾਜਾਂ ਦੀਆਂ ਸਰਕਾਰਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੇ ਇੰਸਟੀਟਿਊਸ਼ਨਲ ਇਕਾਂਤਵਾਸ ਨੂੰ ਛੋਟ ਦਿੱਤੀ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਇੰਸਟੀਟਿਊਸ਼ਨਲ ਕੁਆਰੰਟਾਈਨ ਲਾਜ਼ਮੀ ਕੀਤਾ ਗਿਆ ਦੇਖਣ ਵਿੱਚ ਆ ਰਿਹਾ ਹੈ ਕਿ ਕੁਝ ਵਿਅਕਤੀ ਜੋ ਵਿਦੇਸ਼ਾਂ ਤੋਂ ਆਉਂਦੇ ਨੇ ਅਤੇ ਆਪਣੇ ਆਉਣ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਬਿਨਾਂ ਸਿੱਧੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਅਤੇ ਇਕਾਂਤਵਾਸ ਸੰਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸੋ ਮੈਂ ਇਹ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕਿ ਸੂਬੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਇੰਸਟੀਟਿਊਸ਼ਨਲ ਕੁਆਰੰਟਾਈਨ ਲਾਜ਼ਮੀ ਹੈ ਇਹ ਵੀ ਇਸ ਦੀ ਉਲੰਘਣਾ ਕਰਨ 'ਤੇ ਤੁਹਾਨੂੰ ਆਪਣੇ ਅਤੇ ਹੋਰਾਂ ਦੀ ਜਾਨ ਨੂੰ ਖਤਰੇ ਵਿੱਚ ਨਾ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਮੈਂ ਚੇਤਾਵਨੀ ਦੇ ਦੇਣੀ ਚਾਹੁੰਦਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਜੇਕਰ ਇਕਾਂਤਵਾਸ ਸੰਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਮਾਮਲਾ ਲੋਕਾਂ ਦੀਆਂ ਜ਼ਿੰਦਗੀਆਂ ਦਾ ਹੈ ਅਤੇ ਇਸ ਸੰਬੰਧੀ ਕਿਸੇ ਕਿਸਮ ਦਾ ਸਮਝੌਤਾ ਜਾਂ ਢਿੱਲ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਲੋਕਾਂ ਦੇ ਪਾਸਪੋਰਟ ਏਅਰਪੋਰਟ 'ਤੇ ਜਮ੍ਹਾਂ ਕਰਵਾਏ ਜਾਂਦੇ ਨੇ ਉਹ ਪਾਸਪੋਰਟ ਵਿਦੇਸ਼ ਤੋਂ ਆਉਣ ਵਾਲੇ ਲੋਕ ਹਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣਾਏ ਜਾਣ ਵਾਲੇ ਪਾਸਪੋਰਟ ਕਲੈਕਸ਼ਨ ਸੈਂਟਰ ਤੋਂ ਆਪਣੇ ਪਾਸਪੋਰਟ ਹਾਸਲ ਕਰ ਸਕਦੇ ਨੇ ਜ਼ਿਲ੍ਹੇ ਵਿੱਚ ਹੁਣ ਤੱਕ 769 ਤੋਂ ਵੱਧ ਪੋਜ਼ਿਟਿਵ ਜਿਹੜੇ ਕਰੋਨਾ ਪੇਸ਼ੈਂਟ ਆਏ ਨੇ ਜਿਨ੍ਹਾਂ ਵਿੱਚੋਂ ਕਰੀਬ 500 ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਆ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ ਜਿਹੜੀ ਕਰੋਨਾ ਨਾਲ ਮੌਤਾਂ ਦੀ ਗਿਣਤੀ 15 ਹੈ ਕਰੋਨਾ ਤੋਂ ਬਚਾਅ ਲਈ ਜਿੰਨੀ ਅਹਿਮ ਸਾਵਧਾਨੀਆਂ ਦੀ ਵਰਤੋਂ ਹੈ ਓਨੀਆਂ ਹੀ ਅਹਿਮ ਇਸ ਦੇ ਟੈਸਟ ਕਰਾਉਣ ਸੰਬੰਧੀ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਨਿਸ਼ੁਲਕ ਬਿਨਾਂ ਕਿਸੇ ਪੈਸੇ ਦੇ ਮੁਫ਼ਤ ਕੀਤਾ ਜਾ ਰਿਹਾ ਇਹ ਟੈਸਟ ਕਰਾਉਣ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਸਨੀਕ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਕਮਿਊਨਿਟੀ ਹੈਲਥ ਸੈਂਟਰ ਤੋਂ ਜਾ ਕੇ ਆਪਣਾ ਟੈਸਟ ਜਿਹੜਾ ਉਹ ਫ੍ਰੀ ਵਿੱਚ ਕਰਵਾ ਸਕਦੇ ਹਨ ਇੱਥੇ ਇੱਕ ਗੱਲ ਧਿਆਨ ਦੇਣ ਦੀ ਲੋੜ ਹੈ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਨਿੱਜੀ ਮੈਡੀਕਲ ਸੰਸਥਾ ਜਾਂ ਲੈਬ ਵੱਲੋਂ ਕਰੋਨਾ ਸੰਬੰਧੀ ਕੋਈ ਟੈਸਟ ਨਹੀਂ ਕੀਤਾ ਜਾ ਰਿਹਾ ਕਰੋਨਾ ਟੈਸਟਿੰਗ ਸੰਬੰਧੀ ਸਿਵਲ ਸਰਜਨ ਦਫ਼ਤਰ ਵੱਲੋਂ ਡਾਕਟਰ ਪਰਸ਼ੋਤਮ ਦਾਸ ਨੂੰ ਨੋਡਲ ਆਫਿਸਰ ਲਗਾਇਆ ਗਿਆ ਮੈਂ ਫਿਰ ਦੁਬਾਰਾ ਤੋਂ ਨਾਮ ਰਿਪੀਟ ਕਰ ਰਿਹਾ ਡਾਕਟਰ ਪਰਸ਼ੋਤਮ ਦਾਸ ਜਿਹੜੇ ਕਿ ਨੋਡਲ ਆਫਿਸਰ ਨੇ ਉਹਨਾਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ 98146 26 860 ਮੈਂ ਦੁਬਾਰਾ ਬੋਲ ਰਿਹਾ 98146 26 860 ਇਸ ਦੇ ਨਾਲ ਹੀ ਕਰੋਨਾ ਸੰਬੰਧੀ ਜ਼ਿਲ੍ਹਾ ਪੰਧਰੀ ਕੰਟਰੋਲ ਰੂਮ ਜਿਹੜਾ ਸਥਾਪਿਤ ਕੀਤਾ ਗਿਆ ਉਹਦਾ ਜਿਹੜਾ ਲੈਂਡਲਾਈਨ ਨੰਬਰ ਜਿਹੜਾ ਹੈ ਉਹਦਾ ਨੰਬਰ ਪਲੀਜ਼ ਨੋਟ ਕਰ ਲਓ 0 17 63 23 21 36 ਮੈਂ ਦੁਬਾਰਾ ਦੱਸ ਰਿਹਾ 0 17 63 23 21 36 'ਤੇ ਤੁਸੀਂ ਸੰਪਰਕ ਕਰਕੇ ਆਪਣੀ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਇਸੇ ਤਰ੍ਹਾਂ ਮੈਂ ਤੁਹਾਨੂੰ ਜ਼ਿਲ੍ਹਾ ਨਿਵਾਸੀਓ ਇੱਕ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਜਿਹੜੇ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਨੇ ਉਹਨਾਂ ਨੂੰ ਕੋਵਿਡ ਪੇਸ਼ੈਂਟ ਟਰੈਕਿੰਗ ਅਫਸਰ ਲਗਾਇਆ ਗਿਆ ਤਾਂ ਉਹਨਾਂ ਦਾ ਮੋਬਾਈਲ ਨੰਬਰ ਕਾਇੰਡਲੀ ਨੋਟ ਕਰ ਲਓ 99 143 1 0 0 1 0 ਮੈਂ ਦੁਬਾਰਾ ਬੋਲ ਦਿੰਦਾ 99 143 1 0 0 1 0 ਜ਼ਿਲ੍ਹਾ ਵਾਸੀਆਂ ਦੇ ਵੱਖ ਵੱਖ ਸੰਚਾਰ ਸਾਧਨਾਂ ਜ਼ਰੀਏ ਜੋ ਸਵਾਲ ਪੁੱਛੇ ਗਏ ਹੈ ਉਹਨਾਂ ਦਾ ਜਵਾਬ ਦੇਣਾ ਵੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਸਮਝਦਾ ਸਰਹੰਦ ਤੋਂ ਅਮਨਪ੍ਰੀਤ ਕੌਰ ਨੇ ਇੱਕ ਸਵਾਲ ਕੀਤਾ ਕਿ ਕਰੋਨਾ ਨੂੰ ਲੈ ਕੇ ਵਾਰ ਵਾਰ ਹਦਾਇਤਾਂ ਵਿੱਚ ਤਬਦੀਲੀ ਕਿਉਂ ਹੋ ਰਹੀ ਹੈ ਅਜਿਹਾ ਕਰਨ ਨਾਲ ਲੋਕਾਂ ਵਿੱਚ ਕਨਫਿਊਜ਼ਨ ਪੈਦਾ ਹੋ ਰਹੀ ਹੈ ਅਮਨਪ੍ਰੀਤ ਕੌਰ ਜੀ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਜਿਹੜੀ ਕੋਵਿਡ-19 ਜਿਹੜਾ ਇਹ ਬਿਮਾਰੀ ਸਾਡੇ ਕੋਲ ਐਪੀਡੈਮਿਕ ਆਇਆ ਇਹ ਪਹਿਲੀ ਵਾਰ ਆਇਆ ਅਤੇ ਇਹਦਾ ਸਾਡੇ ਕੋਲ ਪੁਰਾਣਾ ਕੋਈ ਐਕਸਪੀਰੀਅੰਸ ਨਹੀਂ ਸੀ ਇਸ ਕਰਕੇ ਰੋਜ਼ ਰੋਜ਼ ਜਿਵੇਂ ਕਰੋਨਾ ਸੰਬੰਧੀ ਹਾਲਾਤ ਚੇਂਜ ਹੋ ਰਹੇ ਆ ਉਵੇਂ ਉਵੇਂ ਅਸੀਂ
जिहड़ी साडी पंजाब सरकार है उहदे जिहड़ियां पॉलिसीज चेंज हो रही हैं, इस करके थोनों जिहड़ी कन्फ्यूजन वाली तुसीं गल कीती है उहदे लई असीं माफ़ी चाहुंदे हां, पर इह साडी जरूरत है। मंडी गोबिंदगढ़ तो जसविंदर सिंह जी पुछ रहे हैं, जो कोई दुकानदारां वल्लों करोना तो बचा लई वरतियां जाण वालियां चीज़ां दे भाव वध रेट विच दित्ते जा रहे हैं, उहनां दी शिकायत तो कित्थे कर सकते हैं? जसविंदर सिंह जी, मैं थोनों इहदे सवाल दे जवाब दसना चाहुंदा कि इस संबंधी तुसीं जिहड़े संबंधित उपमंडल मैजिस्ट्रेट है थोड़ी सब डिवीजन, चाहे वह अमलोह होवे, चाहे वह फतेहगढ़ साहब होवे, चाहे वह बसी पठाणा होवे, चाहे खमाणो होवे, उस दफ्तर च जाके तुसीं अपनी जिहड़ी शिकायत है वह संबंधित SGM को दर्ज करवा सकते हो। इस तों अलावा साडा जिहड़े डिप्टी कमिश्नर ने जिले के ते वधीक डिप्टी कमिश्नर जनरल ने उन्होंने ऑफिस में भी उन्होंने मेल पर या उन्होंने जिहड़े लैंडलाइन नंबर है उन्होंने भी तुसीं अपनी शिकायत दर्ज करवा सकते हो, उन्होंने असीं पहल के आधार पर निजिठांगे। खमाणो तो जिहड़े महेश ते मान जी ने पुछया कि जेकर कोई व्यक्ति करोना पॉजिटिव आउंदा तां घर विच ही एकांतवास होना चाहुंदा तां उसकी की प्रक्रिया? इस बारे मान साहब मैं तुहानूं दस देना चाहुंदा कि पंजाब सरकार वल्लों जिहड़ा हैल्थ डिपार्टमेंट ने एक अनैक्सचर 1 ते अनैक्सचर 2 जारी किया। अनैक्सचर 1 है कि जिहड़ा डॉक्टर तुहानूं मिलदा जो तुसीं पॉजिटिव आउंदे हो, जे उह डॉक्टर तुहानूं कहिंदा कि तुसीं एसिम्पटोमैटिक हो, तुहानूं किसे तरहां दा कोई लक्षण नहीं है, जां तुहाडे लक्षण माइल्ड ने, तुसीं माइल्ड सिम्पटोमैटिक हो, तां तुहानूं घर दे विच एकांतवास करन दी सिफारिश करदा। उस तों बाद जिहड़े साडे SDMs ने जिले दे, उह अनैक्सचर 2 दे विच इह रिपोर्ट लैंदे ने फील्ड स्टाफ तों कि जेकर तुहाडे घर विच सफिशेंट स्पेस है, तुहानूं घर दे विच एकांतवास कीता जा सकदा, तां तुहानूं एकांतवास करन लई संबंधित SDM जिहड़े आ उह हुक्म जारी कर दिंदे ने। इह बहुत सिंपल जी विधि है, सिर्फ इहदी कंडीशन यह है कि तुसीं एसिम्पटोमैटिक जां तुहाडे जिहड़े सिम्पटम आ माइल्ड होने चाहीदे। सो मैं एक बार फिर आप सब नूं बेनती करनी चाहुंदा कि करोना तो बचा लई सारियां सावधानियां दी पालना करो अते इह गल याद रखो कि अज इह बीमारी किसी होर नूं हो रही है, कल नूं इह बीमारी तुहानूं भी हो सकती है। इस गल नूं हल्के विच ना लो अते सब तो जरूरी है कि किसी भी तरह का छोटा जिहा लक्षण दिसण ते इसकी फ्री टैसटिंग लई अगे आओ। समय सिर करोना पॉजिटिव होने बारे पता लगन ते अपनी ते होरना दी जान बचाई जा सकती है। थैंक यू वेरी मच, धन्यवाद, जय हिंद।